ਨਾਨਕ ਸਿੰਘ ਦੀ ਕਹਾਣੀ ਵਿਦਵਾ ਆਸ਼ਰਮ ਵੇਖ ਮੈਂ ਤੈਨੂੰ ਹਜ਼ਾਰ ਵਾਰੀ ਹਟ ਗਿਆ ਭਈ ਮੇਰੇ ਕੰਮਾਂ 'ਚ ਦਖਲ ਨਾ ਦਿਆਂ ਕਰ ਇੱਕ ਦੋ ਮੰਜ਼ਲੇ ਮਕਾਨ ਦੀ ਬੈਠਕ ਵਿੱਚ ਜਿਹਦੇ ਬਾਹਰ ਇੱਕ ਵੱਡਾ ਸਾਰਾ ਬੋਰਡ ਵਿਦਵਾ ਆਸ਼ਰਮ ਲੱਗਿਆ ਹੋਇਆ ਸੀ ਟਹਿਲਦਿਆਂ ਹੋਇਆਂ ਅਧਖੜੂ ਮਰਦੇ ਇੱਕ ਆਦਮੀ ਨੇ ਆਪਣੇ ਸਾਹਮਣੇ ਬੈਠੀ ਤੀਵੀ ਨੂੰ ਘੁਰਕ ਕੇ ਕਿਹਾ ਪਰ ਤੀਵੀ ਉੱਤੇ ਜਪਦਾ ਸੀ ਇਸ ਘੁਰਕੇ ਦਾ ਕੋਈ ਅਸਰ ਨਹੀਂ ਹੋਇਆ ਉਹਨੇ ਅੱਗੋਂ ਕੜ ਕੇ ਜਵਾਬ ਦਿੱਤਾ ਦਖਲ ਨਾ ਦਿਆਂ ਕਰ ਤੇ ਤੈਨੂੰ ਰੋਜ਼ ਦਿਹਾੜੀ ਇਹੋ ਜਿਹਿਆਂ ਕਰਤੂਤਾਂ ਕਰਦੇ ਨੂੰ ਵੇਖ ਕੇ ਅੱਖਾਂ ਵਿੱਚ ਇੱਛਾ ਡਾਇਆ ਕਰਾਂ ਪਰ ਭਲੀਏ ਲੋਕੇ ਉਹਨੇ ਕੁਝ ਨਰਮ ਹੋ ਕੇ ਕਿਹਾ ਤੇਰਾ ਇਸਟ ਕੀ ਨੁਕਸਾਨ ਹੈ ਇਹੋ ਜਿਆ ਨਫੇਵੰਦਾ ਵਪਾਰ ਅੱਜਕੱਲ ਦੇ ਮੰਦਵਾੜੇ 'ਚ ਹੈਗਾ ਏ ਕੋਈ ਤੂੰ ਹੀ ਦੱਸ ਪਰ ਇਹ ਕਾਠ ਦੀ ਹੰਡੀ ਕੱਤ ਤੱਕ ਰਿਜੇਗੀ ਜਿਨ੍ਹਾਂ ਬਗਾਨੀਆਂ ਧੀਆਂ ਨੂੰ ਘਰੋਂ ਬਾਹਰੋਂ ਪੁੱਟ ਕੇ ਲਿਆਉਣਾ ਹੈ ਉਹਨਾਂ ਦੀਆਂ ਬਦ ਅਸੀਸਾਂ ਨਾਲ ਯਾਦ ਰੱਖੀ ਤੂੰ ਢੁੰਡਿਆ ਨਹੀਂ ਲੱਭਣਾ ਉਹ ਜਿਹੜਾ ਜਿਹੜੀ ਮਹੀਨਾ ਹੋ ਚੱਲਿਆ ਸੁ ਅੰਦਰ ਡੱਕੀ ਹੋਈ ਤੇਰੀ ਜਾਨ ਨੂੰ ਵੀ ਰੋਂਦੀ ਏ ਕਿੰਨੇ ਕ ਚਿਰ ਭੋਰੇ ਚ ਪਾਈ ਰੱਖੇਗਾ ਸੁ ਸਭ ਕੁਝ ਠੀਕ ਹੋ ਜਾਏਗਾ ਇਹ ਕੋਈ ਅੱਜ ਨਵੀਂ ਗੱਲ ਏ ਅੱਜ ਭਲਕੇ ਹੀ ਆਉਣ ਵਾਲੇ ਨੇ ਉਹਦੇ ਵਪਾਰੀ ਜੇਬ ਚੋਂ ਚਿੱਠੀ ਕੱਢ ਕੇ ਐ ਵੇਖ ਇੱਕ ਮਾਲਦਾਰ ਸਾਮੀ ਦੀ ਚਿੱਠੀ ਆਈ ਹੋਈ ਏ ਅੱਜ ਤੇ 2000 ਨਹੀਂ ਤੇ 1500 ਤਾਂ ਕਿਤੇ ਗਿਆ ਹੀ ਨਹੀਂ ਏਸੇ ਵੇਲੇ ਬਾਜ਼ਾਰ ਚੋਂ ਕਿਸੇ ਦੀ ਆਵਾਜ਼ ਆਈ ਸਰਦਾਰ ਜੀ ਸਰਦਾਰ ਜੀ ਉਨੇ ਬਾਰੀ ਚੋ ਤੱਕਿਆ ਤੇ ਮੁੜ ਖੁਸ਼ੀ ਨਾਲ ਵੋਟੀਵਲ ਤੱਕਦਾ ਹੋਇਆ ਬੋਲਿਆ ਲੈ ਭਾਵੇਂ ਆ ਗਈ ਜਿਹਦੀ ਉਡੀਕ ਸੀ ਤੇ ਉਹਦਾ ਦਬਾ ਦਬੇਠਾ ਉਤਰ ਗਿਆ ਦੂਸਰਾ ਭਾਗ ਤਾਈ ਚਿੱਠੀ ਤੁਸੀਂ ਹੀ ਲਿਖੀ ਸੀ ਜੀਆਂ ਖਾਕਸਾਰ ਨਹੀਂ ਅਰਜ਼ ਦਾਸ਼ਤ ਭੇਜੀ ਸੀ ਆਪ ਕੀ ਕਾਰੋਬਾਰ ਕਰਦੇ ਹੋ ਜਨਾਬ ਲਾਹੌਰ ਚ ਮਾਲ ਰੋਡ ਉਤੇ ਮੇਰੀ ਫਰਨੀਚਰ ਦੀ ਬੜੀ ਭਾਰੀ ਦੁਕਾਨ ਹੈ ਜਿਹਦਾ ਨਾਮ ਸੋਨੀ ਐਂਡ ਕੰਪਨੀ ਹੈ ਤੇ ਮੇਰੀ ਆਮਦਨ ਤਕਰੀਬਨ 1200 ਰੁਪਏ ਮਾਹਵਾਰ ਹੈ ਪਿੱਛੇ ਜਾਇਦਾਦ ਵੀ 40-50 ਹਜ਼ਾਰ ਰੁਪਏ ਦੀ ਹੈ ਤਾਂ ਕਿ ਅਜੇ ਤੱਕ ਤੁਹਾਡੀ ਸ਼ਾਦੀ ਨਹੀਂ ਹੋਈ ਜੀ ਸ਼ਾਦੀ ਹੋਈ ਨੂੰ ਤੇ 15 ਵਾਰੇ ਹੋ ਚੁੱਕੇ ਨੇ ਪਰ ਸੰਤਾਨ ਕੋਈ ਨਹੀਂ ਇਸੇ ਲਈ ਤਾਂ ਤੁਸੀਂ ਬੜੀ ਖੁਸ਼ੀ ਨਾਲ ਸਾਡੇ ਆਸ਼ਰਮ ਦੇ ਮੈਂਬਰ ਬਣ ਸਕਦੇ ਹੋ ਤੇ ਇਸ ਤੋਂ ਬਾਅਦ ਉਹਨੇ ਬਹੁਤ ਸਾਰੇ ਇਸ਼ਤਿਹਾਰ ਰਿਪੋਰਟਾਂ ਸੰਦਾਂ ਸਰਟੀਫਿਕੇਟ ਤੇ ਨਈਮਾਂ ਦੀਆਂ ਕਾਪੀਆਂ ਉਹਦੇ ਅੱਗੇ ਲਿਆ ਰੱਖੀਆਂ ਆਉਣ ਵਾਲਾ ਜੈਂਟਲਮੈਨ ਇੱਕ ਉੱਚੇ ਲੰਮੇ ਕੱਦ ਦਾ ਆਦਮੀ ਸੀ। ਉਹਨੇ ਸਾਰੀਆਂ ਚੀਜ਼ਾਂ ਖੀਸੇ ਦੇ ਹਵਾਲੇ ਕਰਦਿਆਂ ਹੋਇਆਂ ਪੁੱਛਿਆ, ਤਾਂ ਮੈਂਬਰ ਬਣਨ ਲਈ ਕਿੰਨੀ ਫੀਸ ਦੇਣੀ ਪੈਗੀ? ਉਹਨੇ ਇੱਕ ਵੱਡਾ ਸਾਰਾ ਰਜਿਸਟਰ ਫੋਲਦਿਆਂ ਹੋਇਆਂ ਕਹਿਣਾ ਸ਼ੁਰੂ ਕੀਤਾ। "ਉਹ ਵੇਖੋ ਸਾਡੇ ਪਿਛਲੇ ਸਾਲ ਦੀ ਘਰਗੁਜ਼ਾਰੀ 152 ਵਿਧਵਾਵਾਂ ਬੜੇ ਉੱਚੇ ਘਰਾਣਿਆਂ ਦੀਆਂ ਸਾਡੇ ਆਸ਼ਰਮ 'ਚ ਦਾਖਲ ਕੀਤੀਆਂ ਗਈਆਂ ਜਿਨ੍ਹਾਂ ਦੇ ਰਿਸ਼ਤੇ ਬੜੇ-ਬੜੇ ਘਰਾਂ 'ਚ ਕੀਤੇ ਗਏ। ਖੁਦ ਰਾਏ ਸਾਹਿਬ ਲਾਲਾ ਲਖਮੀਨਾਰਾਇਣ ਜੀ" ਇਸ ਆਸ਼ਰਮ ਦੇ ਸਰਪ੍ਰਸਤ ਨੇ ਜਿਹੜੀਆਂ ਵਿਧਵਾਵਾਂ ਸ਼ਾਦੀ ਨਾ ਕਰਨਾ ਚਾਹਣ ਉਹਨਾਂ ਲਈ ਦਸਤਕਾਰੀ ਦੀ ਅਲੱਗ ਦਾ ਕਲਾਸ ਜਾਰੀ ਹੈ ਜਿਸ ਚ ਕਸੀਦਾ ਪਸ਼ਮੀਨਾ ਖੱਡੀ ਸਿਲਾਈ ਸਿਲਮੇ ਸਿਤਾਰੇ ਦਾ ਕੰਮ ਤੇ ਹੋਰ ਕਈ ਤਰ੍ਹਾਂ ਦੇ ਆਰਟ ਸਿਖਾਈ ਜਾਂਦੇ ਨੇ ਤੇ ਤੁਸੀਂ ਬਿਜਾ ਫਰਮਾ ਰਹੇ ਹੋ ਜੈਂਟਲਮੈਨ ਨੇ ਕਿਹਾ ਮੈਨੂੰ ਆਸ਼ਰਮ ਦੀ ਤਰੱਕੀ ਵੇਖ ਕੇ ਬੜੀ ਖੁਸ਼ੀ ਹੋਈ ਹੈ ਪਰਮਾਤਮਾ ਇਸ ਤੋਂ ਵੀ ਜ਼ਿਆਦਾ ਕਾਮਯਾਬੀ ਬਖਸ਼ੇ ਲੇਕਿਨ ਜਨਾਬ ਉਨੇ ਖੁਸ਼ੀ ਨਾਲ ਫੁੱਲ ਕੇ ਜਵਾਬ ਦਿੱਤਾ ਅੱਜ ਤੇ ਕੁਝ ਨਹੀਂ ਦੇ ਬਰਾਬਰ ਹੈ ਆਉਂਦੇ ਸਾਲ ਤੱਕ ਤੁਸੀਂ ਦੇਖੋਗੇ ਵੱਡੇ ਵੱਡੇ ਕੁਝ ਸ਼ਹਿਰਾਂ 'ਚ ਇਹਦੀਆਂ ਬ੍ਰਾਂਚਾਂ ਕਾਇਮ ਕਰ ਦਿੱਤੀਆਂ ਜਾਣਗੀਆਂ ਕਈ ਲੱਖ ਰੁਪਏ ਦੇ ਖਰਚ ਨਾਲ ਆਸ਼ਰਮ ਦੀ ਆਪਣੀ ਬਿਲਡਿੰਗ ਤਿਆਰ ਕੀਤੀ ਜਾਏਗੀ ਜਿਸ ਲਈ ਜ਼ਮੀਨ ਸਾਨੂੰ ਪੰਜਾਬ ਸਰਕਾਰ ਪਾਸੋਂ ਮਿਲ ਜਾਏਗੀ ਤੇ ਬਹੁਤ ਸਾਰੀਆਂ ਰਿਆਸਤਾਂ ਪਾਸੋਂ ਵੀ ਸਹਾਇਤਾ ਮਿਲਣ ਦੀ ਉਮੀਦ ਹੈ ਤੇ ਇਸ ਵੇਲੇ ਆਸ਼ਰਮ 'ਚ ਕਿੰਨੀ ਕੁ ਗਿਣਤੀ ਹੈ ਵਿਧਵਾਵਾਂ ਦੀ ਇਸ ਲਈ ਵੀ ਕਾਫੀ ਗਿੰਤੀ ਹੈ ਗੱਲ ਦਾ ਰੁਖ ਪਲਟ ਕੇ ਮੈਨੇਜਰ ਸਾਹਿਬ ਬੋਲੇ ਤੁਸੀਂ ਮੈਂਬਰੀ ਦੀ ਫੀਸ ਪੁੱਛੀ ਸੀ ਫੀਸ ਬੜੀ ਮਾਮੂਲੀ ਹੈ ਮੈਂਬਰ ਨੂੰ ਸਿਰਫ 1 ਮਹੀਨੇ ਦੀ ਆਮਦਨ ਦੇਣੀ ਪੈਂਦੀ ਹੈ ਪਰ ਮੈਨੇਜਰ ਸਾਹਿਬ ਮੈਂ ਤੇ ਬਹੁਤ ਜਲਦੀ ਸ਼ਾਦੀ ਕਰਵਾਉਣੀ ਚਾਹੁੰਦਾ ਅੱਛਾ ਕੁਝ ਸੋਚ ਕੇ ਮੈਨੇਜਰ ਸਾਹਿਬ ਬੋਲੇ ਤਾਂ ਤੁਹਾਨੂੰ ਕਿੰਨੀ ਉਮਰ ਦੀ ਲੜਕੀ ਚਾਹੀਦੀ ਹੈ 16 ਕੁੜਿਆਂ ਦੀ ਪੜ੍ਹੀ ਲਿਖੀ ਵੀ ਹੋਵੇ ਖੈਰ ਅਸੀਂ ਕੋਸ਼ਿਸ਼ ਕਰਾਂਗੇ ਹਾਲੇ ਤੁਸੀਂ ਮੈਂਬਰੀ ਦਾ ਫਾਰਮ ਭਰ ਕੇ ਫੀਸ ਦਾਖਲ ਕਰਾ ਦਿਓ ਤੇ ਉਹਨੇ ਪੁੱਛਿਆ ਪਰ ਕੀ ਮੇਰਾ ਕੰਮ ਝਟਪਟ ਨਹੀਂ ਕੀਤਾ ਜਾ ਸਕਦਾ ਰੁਪਏ ਦੀ ਮੈਨੂੰ ਕੋਈ ਚਿੰਤਾ ਨਹੀਂ ਭਾਵੇਂ ਕਿੰਨਾ ਵੀ ਖਰਚ ਹੋ ਜਾਏ ਇਹ ਤੇ ਸ਼ਾਇਦ ਮੁਸ਼ਕਲ ਹੋਵੇ ਕੋਈ ਵੀ ਤਰੀਕਾ ਸੰਭ 可能 ਹੋ ਸਕਦਾ ਇੱਕ ਤਰੀਕਾ ਹੈ ਤੇ ਸਹੀ ਪਰ ਤਾਂ ਫਰਮਾਓ ਇੱਕ ਲੜਕੀ ਤੁਹਾਡੇ ਹਸਬ ਮਨਸ਼ਾ ਸਾਡੇ ਆਸ਼ਰਮ 'ਚ ਹੈ ਤੇ ਸਹੀ ਪਰ ਪਤਾ ਨਹੀਂ ਮੰਨੇ ਕਿ ਨਾ ਤੁਸੀਂ ਕੋਸ਼ਿਸ਼ ਕਰੋ ਚੰਗਾ ਮੈਂ ਕਰਾਂਗਾ ਕੋਸ਼ਿਸ਼ ਤਾਂ ਕਿ ਮੈਂ ਲੜਕੀ ਨੂੰ ਵੇਖ ਸਕਦਾ ਭਲਾ ਜੇ ਲੜਕੀ ਨੂੰ ਇਹ ਪਰਵਾਨ ਹੋਵੇ ਤਾਂ ਤੁਸੀਂ ਆਸ਼ਰਮ ਨੂੰ ਕਿੰਨੀ ਕ ਸਹਾਇਤਾ ਦੇ ਸਕੋਗੇ 2000 ਤੱਕ ਤਾਂ ਮੈਂ ਹੁਣੇ ਹੀ ਦੇ ਸਕਦਾ ਇਹ ਤੋਂ ਬਾਅਦ ਮੈਂ ਹੋਰ ਵੀ ਕੋਸ਼ਿਸ਼ ਕਰਾਂਗਾ ਬਸ਼ਰਤੇ ਕਿ ਲੜਕੀ ਮੈਨੂੰ ਵਖਾਈ ਜਾਵੇ ਕਹਿੰਦੇ ਆ ਕਹਿੰਦੇ ਆ ਉਹਨੇ ਕੋਟ ਦੀ ਜੇਬ ਚੋਂ ਨੋਟਾਂ ਦੀ ਇੱਕ ਥੱਬੀ ਕੱਢ ਕੇ ਵਖਾਈ ਅੱਛਾ ਤਸ਼ਰੀਫ ਰੱਖੋ ਮੈਂ ਆਇਆ ਕਿਹਾ ਕਿ ਮੈਨੇਜਰ ਸਾਹਿਬ ਅੰਦਰ ਦਾਖਲ ਹੋਏ ਥੋੜੀ ਦੇਰ ਬਾਅਦ ਮੁਰੋ ਕਮਰੇ ਚ ਦਾਖਲ ਹੋਏ ਉਹਨਾਂ ਦੇ ਮਗਰ ਇੱਕ 16 ਕੁ ਵਰਿਆਂ ਦੀ ਸੁੰਦਰ ਲੜਕੀ ਸੀ ਜਿਹਦਾ ਚਿਹਰਾ ਕਿਸੇ ਅਸਹਿ ਮੁਸੀਬਤ ਦਾ ਮਜਮੂਨ ਜਾਪਦਾ ਸੀ ਪਤਾ ਨਹੀਂ ਇਹ ਮੁਸੀਬਤ ਵਿਧਵਾਪੁਣੇ ਦੀ ਸੀ ਜਾਂ ਮੈਨੇਜਰ ਸਾਹਿਬ ਦੀਆਂ ਸਖਤੀਆਂ ਦੀ ਜੈਂਟਲਮੈਨ ਨੇ ਲੜਕੀ ਉੱਤੇ ਕਈ ਸਵਾਲ ਕੀਤੇ ਪਰ ਉਹ ਟਸ ਤੋਂ ਮਸਨ ਹੋਈ ਸ਼ਾਇਦ ਮੈਨੇਜਰ ਸਾਹਿਬ ਦੀਆਂ ਧਮਕੀਆਂ ਤੇ ਕਸ਼ਟਾਂ ਨੇ ਉਹਦੀ ਜ਼ੁਬਾਨ ਬੰਦ ਕੀਤੀ ਹੋਈ ਸੀ ਮੈਨੂੰ ਪਸੰਦ ਆ ਮੈਨੇਜਰ ਸਾਹਿਬ ਉਹਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਤੇ ਉੱਠ ਕੇ ਬਾਰੀ ਚੋਈ ਕਹਿੰਦਾ ਹੋਇਆ ਬਾਜ਼ਾਰ ਚ ਝਾਕਿਆ ਵੇ ਖਾਵਾਂ ਬਾਈਸਾਈਕਲ ਰੱਖ ਆਇਆ ਸਾਂ ਤੇ ਮੁੜ ਆਪਣੀ ਥਾਂ ਤੇ ਆ ਬੈਠਾ ਉਹਨੇ ਜੇਬ ਚ ਹੱਥ ਪਾਇਆ ਮੈਨੇਜਰ ਹੋਰਾਂ ਦੀ ਨਜ਼ਰ ਜੇਬ ਉਲ ਗੱਡੀ ਹੋਈ ਸੀ ਉਹਨਾਂ ਦਾ ਖਿਆਲ ਸੀ ਹੁਣੇ ਨੋਟਾਂ ਦੀ ਭਾਰੀ ਥੱਬੀ ਨਿਕਲ ਕੇ ਉਹਨਾਂ ਦੀ ਤਲੀ ਤੇ ਆਈ ਕਿ ਆਈ ਅਚਾਨਕ ਹੀ ਉਹਨਾਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਪੈ ਗਿਆ ਜਦ ਨੋਟਾਂ ਦੀ ਥਾਂ ਖੀਸੇ ਚੋਂ ਇੱਕ ਵਾਰੰਟ ਨਿਕਲ ਕੇ ਉਹਨਾਂ ਦੇ ਸਾਹਮਣੇ ਆਇਆ ਤੇ ਨਾਲ ਹੀ ਉਹਨਾਂ ਦੇ ਕੰਨੀ ਪਿਆ ਇਸ ਲੜਕੀ ਨੂੰ ਅਗਵਾ ਕਰਨ ਵਾਲੇ ਲਈ ਤਕਰੀਬਨ 1 ਮਹੀਨੇ ਤੋਂ ਵਾਰੰਟ ਜਾਰੀ ਹੋ ਚੁੱਕੇ ਹਨ ਮੈਂ ਤੁਹਾਨੂੰ ਗ੍ਰਿਫਤਾਰ ਕਰਦਾ ਤੇ ਇਸ ਤੋਂ ਪਹਿਲਾਂ ਇੱਕ ਇੱਕ ਮੈਨੇਜਰ ਸਾਹਿਬ ਦੇ ਮੂੰਹੋਂ ਕੋਈ ਗੱਲ ਨਿਕਲਦੀ ਏਠੋਂ ਦਗੜ ਦਗੜ ਕਰਦੇ ਦੋ ਵਰਦੀ ਵਾਲੇ ਸਿਪਾਹੀ ਉੱਪਰ ਚੜਾਏ ਜਿਨ੍ਹਾਂ ਨੇ ਬਿਨਾਂ ਇੱਕ ਮਿੰਟ ਸਹਾਰਾ ਕੀਤੇ ਮੈਨੇਜਰ ਸਾਹਿਬ ਦੇ ਹੱਥਾਂ ਨੂੰ ਲੋਹੇ ਦੇ ਕੜੀਆਂ ਨਾਲ ਸ਼ਿੰਗਾਰ ਦਿੱਤਾ ਅਗਲੀ ਕਹਾਣੀ ਹੈ ਰੱਬ ਆਪਣੇ ਅਸਲੀ ਰੂਪ ਵਿੱਚ ਦਸਰਾ ਤੇ ਮੁਹਰਮ ਤੋਹਾਂ ਕੋ ਦਿਨਾਂ ਦੀ ਵਿੱਤ ਤੇ ਆਉਣੇ ਸੀ ਇਸ ਤੋਂ ਥੋੜੇ ਦਿਨ ਪਹਿਲਾਂ ਹੀ ਦੋਵੇਂ ਕੌਮਾਂ ਆਪਣੀ ਕੌਮੀ ਵੀਰਤਾ ਦੇ ਚਮਤਕਾਰ ਦੱਸਣ ਲਈ ਤਿਆਰ ਬਰ ਤਿਆਰ ਹੋ ਗਈਆਂ ਥਾਂ ਥਾਂ ਪੁਲਸੀ ਪਹਿਰੇ ਲੱਗ ਗਏ ਸਾਰੇ ਸ਼ਹਿਰ ਚ ਸਹਮਜਾ ਛਾ ਗਿਆ ਮਸਬੀ ਅਣਖ ਪਿੱਛੇ ਮਰ ਮਿਟਣ ਵਾਲਿਆਂ ਲਈ ਇਸ ਤੋਂ ਚੰਗਾ ਮੌਕਾ ਹੋਰ ਕਿਹੜਾ ਹੋ ਸਕਦਾ ਸੀ ਸਾਰੇ ਸ਼ਹਿਰ ਦੀਆਂ ਮਸੀਤਾਂ ਤੇ ਮੰਦਰ ਇਹਨਾਂ ਮਸਬੀ ਪਹਿਲਵਾਨਾਂ ਨੂੰ ਕੁਸ਼ਤੀ ਸਿਖਾਉਣ ਲਈ ਅਖਾੜੇ ਬਣੇ ਹੋਏ ਸਨ ਮੁਸਲਮਾਨਾਂ ਦਾ ਰੱਬ ਇਸ ਮਾਤਮ ਦੇ ਸਮੇਂ ਵਾਜਿਆਂ ਦੀ ਆਵਾਜ਼ ਸੁਣਨਾ ਨਹੀਂ ਸੀ ਚਾਹੁੰਦਾ ਤੇ ਹਿੰਦੂਆਂ ਦਾ ਰੱਬ ਇਸ ਖੁਸ਼ੀ ਦੇ ਵੇਲੇ ਮਾਤਮੀ ਕੀਰਨੇ ਸੁਣਨੇ ਬਦਸ਼ਗ ਨਹੀਂ ਸਮਝਦਾ ਸੀ ਮੁੱਕ ਦੀ ਗੱਲ ਦੋਵੇਂ ਰੱਬ ਉਹ ਆਪੋ ਆਪਣੇ ਹੱਕਾਂ ਤੇ ਡਟੇ ਖੜੋਤੇ ਸਨ ਤਾਜ਼ੀਏ ਵਾਲੇ ਦਿਨ ਤਾਂ ਬੁੱਢੇ ਮੌਲਵੀ ਦੀ ਤਕਰੀਰ ਨੇ ਹੱਦਾਂ ਲਾ ਦਿੱਤੀਆਂ 100% ਅਦੀ ਸਰੋਤੇ ਗਾਜ਼ੀ ਦੀ ਪਦਵੀ ਪਾਉਣ ਲਈ ਜੰਨਤ ਦੇ ਕਮਰੇ ਰਿਜ਼ਰਵ ਕਰਾਉਣ ਲਈ ਹੱਥ ਮੁਰੋੜਨ ਤੇ ਬੁੱਲ ਟੁਕਣ ਲੱਗ ਪਏ ਅੰਤ ਤਾਜ਼ੀਆ ਬੜੇ ਜ਼ੋਰ ਸ਼ੋਰ ਨਾਲ ਨਿਕਲਿਆ ਉਸ ਨੰਗੇ ਸਿਰਾਂ ਵਾਲਿਆਂ ਨਾਲੋਂ ਪਗੜੀਆਂ ਵਾਲਿਆਂ ਦੀ ਗਿਣਤੀ ਬਹੁਤੀ ਸੀ ਪਰ ਇੰਨਾ ਕਰੜਾ ਪ੍ਰਬੰਧ ਹੁੰਦਿਆਂ ਵੀ ਇੱਕ ਨੌਜਵਾਨ ਹਿੰਦੂ ਦਾ ਖੂਨ ਹੋ ਗਿਆ ਸੀ ਇਸ ਤੋਂ ਛੋਟੇ ਰਸਤੇ 'ਚ ਕਈ ਵਾਰੀ ਫਸਾਦ ਹੁੰਦਾ ਹੁੰਦਾ ਰੁਕਿਆ ਦੂਸਰਾ ਭਾਗ ਦੁਸਹਿਰੇ ਦੀ ਟਾਕੀ ਨਿਕਲਣ ਤੋਂ ਇੱਕ ਦਿਨ ਪਹਿਲਾਂ ਹੀ ਮਹਾਬੀਰ ਦਲ ਦੇ ਗੱਬਰੂਆਂ ਨੇ ਸਿਰ ਕਫਨ ਬਨ ਲਏ ਤੇ ਭਗਵਾਨ ਰਾਮਚੰਦਰ ਜੀ ਦੇ ਨਾਮ ਉੱਤੇ ਆਪਣੇ ਲਹੂ ਦਾ ਛੇਕਣ ਨਾਲ ਤੁਪਕਾ ਡੋਲਣ ਦਾ ਪ੍ਰਣ ਕਰ ਲਿਆ ਇਸੇ ਸ਼ਾਮ ਨੂੰ ਬੁੱਢਾ ਮੌਲਵੀ ਘਰ ਜਾਂਦਾ ਹੋਇਆ ਆਪਣੇ ਕੁਝ ਸਿਰ ਕੱਢ ਗਬਰੂਆਂ ਨੂੰ ਚੇਤਾਵਨੀ ਕਰਾ ਗਿਆ ਕਿ ਦਿਨ ਚੜ੍ਹਦੇ ਤੋਂ ਪਹਿਲਾਂ ਉਹਦੇ ਮਕਾਨ ਤੇ ਪਹੁੰਚ ਜਾਣ। ਮੌਲਵੀ ਹੋਰੀ ਘਰ ਵੱਲ ਤੁਰੇ ਜਾ ਰਹੇ ਸਨ ਤੇ ਸੋਚਦੇ ਜਾਂਦੇ ਸਨ ਧੰਨਾ ਉਹ ਬਹਾਦਰ ਗਾਜ਼ੀ ਜਿਨੇ ਸਭ ਤੋਂ ਪਹਿਲਾਂ ਮੇਰੇ ਹੁਕਮ ਦੀ ਤਾਮਿਲ ਕਰਕੇ ਇੱਕ ਕਾਫਰ ਨੂੰ ਟਿਕਾਣੇ ਲਾਇਆ। ਜੇ ਇਸੇ ਤਰ੍ਹਾਂ ਹਰ ਇੱਕ ਖਾਦਮ-ਏ-ਇਸਲਾਮ ਆਪਣੇ ਅੰਦਰ ਮਜ਼ਬੀ ਜਜ਼ਬਾਤ ਪੈਦਾ ਕਰ ਲਏ ਤਾਂ ਦਿਨਾਂ ਦੀ ਸਾਰੀ ਦੁਨੀਆ ਉੱਤੇ ਰੱਬੀ ਬਾਦਸ਼ਾਹਤ ਫੈਲ ਅਜੇ ਉਹਦੇ ਖਿਆਲਾਂ ਦੀ ਲੜੀ ਬੰਦ ਨਹੀਂ ਸੀ ਹੋਈ ਕਿ ਉਹਦੇ ਕੰਨਾਂ 'ਚ ਇੱਕ ਡਾਢੀ ਦਰਦ ਭਰੀ ਆਵਾਜ਼ ਪਈ ਲੋਕੋ ਮੇਰਾ ਜਹਾਨ ਲੁੱਟਿਆ ਗਿਆ ਦੂਜੇ ਪਾਲੀ ਉਹਦੇ ਸਾਹਮਣੇ ਇੱਕ ਹਿੰਦੂ ਦੀ ਅਰਥੀ ਲੰਗੀ ਜੋ ਸਰਕਾਰੀ ਹਸਪਤਾਲ ਵੱਲੋਂ ਆ ਰਹੀ ਸੀ ਉਹਦੇ ਪਿੱਛੇ ਇੱਕ 16 ਕੁ ਬਰਿਆਂ ਦੀ ਮੁਟਿਆਰ ਫੱਟੇ ਨਾਲ ਸਿਰ ਜੋੜੀ ਤੇ ਦੋਹਾਂ ਹੱਥਾਂ ਨਾਲ ਉਹਨੂੰ ਤਮੀ ਟੁਰੀ ਆ ਰਹੀ ਸੀ ਦੰਦ ਖੰਡ ਦੇ ਚੂੜੇ ਦੀਆਂ ਦੋ ਤਿੰਨ ਅੱਧ ਟੁੱਟੀਆਂ ਚੂੜੀਆਂ ਅਜੇ ਤੱਕ ਉਹਦੀ ਵੀਣੀ ਝੜੀਆਂ ਪਈਆਂ ਸਨ ਤੇ ਵਿਆਹ ਦੀ ਮਹਿੰਦੀ ਅਜੇ ਉਹਦੇ ਨੋਹਾਂ ਤੇ ਬਾਕੀ ਸੀ ਪਿੱਟ ਪਿੱਟ ਕੇ ਉਹਨੇ ਮੱਥੇ ਦੇ ਬਹੁਤ ਸਾਰੇ ਵਾਲ ਖੋਹ ਸੁੱਟੇ ਤੇ ਚਿਹਰੇ ਤੇ ਲਾਸਾਂ ਪਾ ਲਈਆਂ ਸਨ ਜਿੱਥੋਂ ਤੋੜੀ ਅਰਥੀ ਦਿਸਦੀ ਰਹੀ ਮੌਲਵੀ ਦੀ ਨਜ਼ਰ ਉਸ ਤੋਂ ਹਟ ਨਾ ਸਕੇ ਉਹਨੂੰ ਸਮਝਣ 'ਚ ਚਿਰ ਨਾ ਲੱਗਾ ਕਿ ਉਹਦੇ ਸ਼ਰਦਾਲੂ ਗਾਜ਼ੀ ਦੀ ਹੀ ਬਹਾਦਰੀ ਦਾ ਸਿੱਟਾ ਘਰ ਪਹੁੰਚਦਿਆਂ ਤੱਕ ਉਹਦੇ ਕੰਨਾਂ 'ਚ ਲੋਕੋ ਮੇਰਾ ਜਹਾਨ ਲੁੱਟਿਆ ਗਿਆ ਵਾਕ ਗੂੰਜਦਾ ਰਿਹਾ ਤੇ ਹਜ਼ਾਰ ਕੋਸ਼ਿਸ਼ ਕਰਨ ਤੇ ਵੀ ਉਸ ਦੁਖੀ ਔਰਤ ਦੀ ਸ਼ਕਲ ਉਹਦੀਆਂ ਅੱਖਾਂ 'ਗੇ ਜਿਉਂ ਦੀ ਤਿਉਂ ਰਹੀ। ਉਹਨੇ ਉਹ ਸਾਰੀਆਂ ਦਲੀਲਾਂ ਦੇ ਦੇ ਕੇ ਦਿਲ ਨੂੰ ਸਮਝਾਇਆ ਜਿਨ੍ਹਾਂ ਦੀ ਮਦਦ ਨਾਲ ਉਹ ਹਜ਼ਾਰਾਂ ਲੋਕਾਂ ਦੀ ਖਿਆਲ ਹੀ ਇੱਕ ਵਾਰਗੀ ਹੀ ਪਲਟ ਸੁੱਟਦਾ ਸੀ ਪਰ ਉਸ 'ਤੇ ਕੁਝ ਵੀ ਅਸਰ ਨਾ ਹੋਇਆ। ਜਿਉਂ-ਜਿਉਂ ਅਰਥੀ ਦਾ ਦ੍ਰਿਸ਼ ਉਹਦੇ ਸਾਹਮਣੇ ਆਉਂਦਾ ਉਹਦੇ ਅੰਦਰ ਇੱਕ ਕਸਕ ਜੀ ਪੈਣ ਲੱਗ ਪੈਂਦੀ। ਆਪ ਮੁਹarreਉ ਦੇ ਬੁੱਲਾਂ ਚੋਂ ਨਿਕਲ ਜਾਂਦਾ ਲੋਕੋ ਮੇਰਾ ਜਹਾਨ ਲੁੱਟਿਆ ਗਿਆ ਮੌਲਵੀ ਹੋਰਾਂ ਦਸਤਰ ਖਵਾਨ ਤੇ ਬੈਠ ਕੇ ਰਕੇ ਵੀ ਵੱਲ ਹੱਥ ਵਧਾਇਆ ਪਰ ਫਿਰ ਪਛਾਂਖੇ ਚਲਿਆ ਅੰਤ ਬਦੋ ਬਦੀ ਜੇ ਗ੍ਰਾਈ ਮੂੰਹ ਚ ਪਾਈ ਤਾਂ ਸੰਗੋਂ ਲੰਗਣੀ ਔਖੀ ਹੋ ਗਈ ਉਹ ਗ੍ਰਾਈ ਨੂੰ ਅੰਦਰ ਤੱਕ ਦੇ ਸੰਨ ਅੰਦਰੋਂ ਕੋਈ ਚੀਜ਼ ਉਹਨੂੰ ਬਾਹਰ ਤੱਕਦੀ ਸੀ ਘਰ ਵਾਲੀ ਨੇ ਦਾ ਕਾਰਨ ਪੁੱਛਿਆ ਤਾਂ ਉੱਤਰ ਦੇਣ ਦੀ ਥਾਂ ਉਹਨਾਂ ਅੱਖਾਂ ਭਰ ਲਈਆਂ ਅੰਤ ਰਕੇ ਵੀ ਨੂੰ ਪਰਾਂ ਧਾਕ ਕੇ ਤੇ ਤਬੀਅਤ ਠੀਕ ਨਹੀਂ ਕਹਿ ਗਈ ਮੰਜੇ ਤੇ ਜਾ ਲਟੇ ਸਾਰੀ ਰਾਤ ਉਹ ਨਾ ਉੱਸਲ ਵੱਟੇ ਭੰਨਦੇ ਆਂ ਤੇ ਠੰਡੇ ਸਾਹ ਲੈਂਦੇ ਆਂ ਬਿਤਾਈ ਦਿਨ ਚੜ੍ਹਦੇ ਹੀ 15-20 ਲਠ ਬਾਜ਼ ਆ ਪਹੁੰਚੇ ਤੇ ਡਿਊਟੀ 'ਚ ਬੈਠ ਕੇ ਮੌਲਵੀ ਹੋਰਾਂ ਦੇ ਹੁਕਮ ਦੀ ਉਡੀਕ ਕਰਨ ਲੱਗੇ ਮੌਲਵੀ ਹੋਰੀ ਅੰਦਰੋਂ ਨਿਕਲੇ ਉਹਨਾਂ ਦਾ ਚਿਹਰਾ ਉਤਰਿਆ ਹੋਇਆ ਤੇ ਅੱਖਾਂ ਡਬ ਡਬਾ ਰਹੀਆਂ ਸੀ ਘੰਟਾ ਡੇਢ ਘੰਟਾ ਉੱਤਰ ਪ੍ਰਸ਼ਨ ਹੁੰਦੇ ਰਹੇ ਤੇ ਅੰਤ ਸਾਰੇ ਹੀ ਜਿੱਧਰੋਂ ਆਏ ਸੀ ਉਧਰੇ ਮੁੜ ਗਏ ਦੁਸਰੇ ਦੀ ਚੱਕੀ ਨਿਕਲੀ ਪੰਡਤੋ ਰੰ ਦੇ ਧਰਮ ਉਪਦੇਸ਼ਾਂ ਨੇ ਸਾਬਤ ਕਰ ਦਿੱਤਾ ਸੀ ਕਿ ਰੱਬ ਦੇ ਸਕੇ ਪੁੱਤਰ ਕਦੇ ਵੀ ਮਲੇਛਾਂ ਤੋਂ ਡਰਿਆ ਨਹੀਂ ਕਰਦੇ ਜਲੂਸ ਦੇ ਆਲੇ ਦੁਆਲੇ ਪੁਲਿਸ ਦੀ ਲੰਮੀ ਪਾਲ ਇਸ ਤਰ੍ਹਾਂ ਸ਼ੋਭ ਰਹੀ ਸੀ ਜਿਵੇਂ ਰੱਬ ਦੇ ਨਾ ਸਕੇ ਪੁੱਤਰਾਂ ਦੀ ਸੈਨਾ ਨੇ ਲਾਲ ਫੁੱਲਾਂ ਦਾ ਸੇਰਾ ਪਾਇਆ ਹੋਇਆ ਲੋਕੀ ਬੜੇ ਫਖਰ ਨਾਲ ਕਹਿ ਰਹੇ ਸਨ ਕਿ ਸਰਕਾਰ ਨੇ ਮੁਸਲਮਾਨਾਂ ਨਾਲੋਂ ਹਿੰਦੂਆਂ ਦੀ ਵੱਧ ਮਦਦ ਕੀਤੀ ਹੈ ਕਈ ਬਜ਼ਾਰਾਂ ਤੋਂ ਫਿਰਦਾ ਜਲੂਸ ਉਸਥਾਂ ਪੁੱਜਾ ਜਿੱਥੇ ਫਸਾਦ ਹੋਣ ਦਾ ਸਭ ਤੋਂ ਵੱਧ ਖਤਰਾ ਸੀ ਇਹ ਪਾਸਾ ਨਿਰੋਲ ਮੁਸਲਮਾਨਾਂ ਦਾ ਸੀ ਤੇ ਇੱਥੇ ਹੀ ਉਹ ਵੱਡੀ ਮਸਜਿਦ ਸੀ ਜਿੱਥੇ ਮੌਲਵੀ ਹੋਰਾਂ ਦੇ ਇਸ਼ਾਰੇ ਦੀ ਉਡੀਕ 'ਚ ਗਾਜ਼ੀਆਂ ਦੇ ਕਈ ਟੋਲੇ ਬਨੇਰਿਆਂ ਤੇ ਖੜੇ ਸਨ ਜਲੂਸ ਮਸਜਿਦ ਦੇ ਬੂਹੇ ਅੱਗੋਂ ਲੰਘਣਾ ਸ਼ੁਰੂ ਹੋਇਆ ਇਸ ਵੇਲੇ ਹਾਜ਼ਰ ਲੋਕਾਂ ਦੇ ਦਿਲ ਧੜਕ ਰਹੇ ਸਨ ਕਈਆਂ ਦੇ ਜੋਸ਼ ਨਾਲ ਕਈਆਂ ਦੇ ਸਹਿਮ ਨਾਲ ਜਿਉਂ ਹੀ ਸ੍ਰੀ ਰਾਮਚੰਦਰ ਤੇ ਲਛਮਣ ਵਾਲੀ ਚਾਕੀ ਮਸਤੀ ਦੇ ਦਰਵਾਜ਼ੇ ਅੱਗੇ ਪਹੁੰਚੀ ਗੁਲਾਬ ਦੇ ਫੁੱਲਾਂ ਦਾ ਇੱਕ ਵੱਡਾ ਸਾਰਾ ਸੇਰਾ ਘੁੰਮਦਾ ਹੋਇਆ ਮਸਜਿਦ ਦੀ ਛੱਤ ਤੋਂ ਆਇਆ ਰਾਮ ਲਛਮਣ ਦੋਹਾਂ ਭਰਾਵਾਂ ਦੇ ਗਲਾਂ 'ਚ ਪੈ ਗਿਆ ਇਸ ਕੋਮਲ ਸੇਰੇ ਨੇ ਦੋਹਾਂ ਨੂੰ ਆਪੋ ਵਿੱਚ ਜੋੜ ਦਿੱਤਾ ਸਾਰੀ ਭੇੜ ਦੀਆਂ ਨਜ਼ਰਾਂ ਮਸਜਿਦ ਦੀ ਛੱਤ ਤੇ ਗੱਡੀਆਂ ਗਈਆਂ ਸੇਰਾ ਸੁੱਟਣ ਵਾਲਾ ਉਹੀ ਬੁੱਢਾ ਮੌਲਵੀ ਸੀ ਇਸ ਤੋਂ ਛੋਟੇ ਦੀ ਝੋਲੀ ਫੁੱਲਾਂ ਨਾਲ ਭਰੀ ਹੋਈ ਸੀ ਉਦੇ ਬਹੁਤ ਸਾਰੇ ਸ਼ਰਧਾਲੂ ਇੱਕ ਦੂਜੇ ਨੂੰ ਧੱਕਦੇ ਹੋਏ ਵਿੱਚੋਂ ਫੁੱਲਾਂ ਦੇ ਰੁੱਗ ਪਰ ਪਰ ਕੇ ਸਵਾਰੀ ਤੇ ਸੁੱਟ ਰਹੇ ਸਨ ਇਸ ਬਾਜ਼ਾਰ ਦੀ ਧਰਤੀ ਜਿਸ ਬਾਬਤ ਲੋਕਾਂ ਦਾ ਖਿਆਲ ਸੀ ਕਿ ਅੱਜ ਲਹੂ ਨਾਲ ਰੰਗੀ ਜਾਏਗੀ ਫੁੱਲਾਂ ਨਾਲ ਰੰਗੀ ਗਈ ਛੱਤ ਤੋਂ ਸਿਆ ਵਰੀ ਰਾਮਚੰਦਰ ਕੀ ਜੈ ਤੇ ਜਲੂਸ ਵਿੱਚੋਂ ਅੱਲਾਹੁ ਅਕਬਰ ਦੀਆਂ ਗੂੰਜਾਂ ਉੱਠਦੀਆਂ ਸਨ ਤੇ ਆਪੋ ਚ ਟਕਰਾ ਕੇ ਰਲ ਮਿਲ ਜਾਂਦੀਆਂ ਸਨ ਜਲੂਸ ਵਾਲਿਆਂ ਦੀਆਂ ਬਾਹਾਂ ਫੈਲ ਗਈਆਂ ਤੇ ਥੋੜੇ ਚਿਰ ਵਿੱਚੋਂ ਬਨੇਰਿਆਂ ਦੀ ਸਾਰੀ ਭੀੜ ਉਹਨਾਂ ਦੀਆਂ ਜਫੀਆਂ 'ਚ ਸੀ ਰੱਬ ਉਹਨਾਂ ਦੇ ਸੀਨੇਆਂ ਨਾਲ ਲੱਗਾ ਹੋਇਆ ਸੀ ਤੇ ਨਿਗ ਦੇ ਕੇ ਉਹਨਾਂ ਦੇ ਜੰਮੇ ਹੋਏ ਲਹੂ ਨੂੰ ਪੰਘਾਰ ਰਿਹਾ ਸੀ ਲੋਕਾਂ ਨੇ ਰੱਬ ਨੂੰ ਉਹਦੇ ਅਸਲੀ ਰੂਪ 'ਚ ਵੇਖਿਆ ਧੰਨਵਾਦ